ਸਟੈਂਡ ਜਿਹਾ ਵਧੀਆ ਆ, ਚੰਗੀ ਹਿਲਦਾ ਨੀ। ਅੱਛਾ ਜੀ, ਇਹ ਵੀਡੀਓ ਚਾੜਨ ਲੱਗਾ ਫਰਮਾਇਸ਼ ਮੇਰੇ ਭਾਈ ਉਵੇਸ ਦੀ, ਤੇ ਭਾਈ ਉਹਨਾਂ ਨੇ ਕਿਹਾ ਫਰਮਾਇਸ਼ ਇੱਦਾਂ ਜੀ, ਉਹਨਾਂ ਨੂੰ ਆਪ ਨੂੰ ਵੀ ਬੜੀ ਨੌਲੇਜ ਆ ਤੇ ਮੈਨੂੰ ਇਸ ਕਰਕੇ ਉਹਨਾਂ ਨੇ ਕਿਹਾ ਕਰਕੇ ਉਹਨਾਂ ਦਾ ਫੋਨ ਜਿਹੜਾ ਚੋਰੀ ਹੋ ਗਿਆ, ਤੇ ਉਹਨਾਂ ਨੇ ਮੈਨੂੰ ਕਿਹਾ ਭਾਈ ਜਨਾਨਾ ਆਪਣੇ ਤੁਸੀਂ ਆਪਣੇ ਅਕਾਊਂਟ ਚ ਵੀਡੀਓ ਲਾਓ ਮੋਲਟਿੰਗ ਬਾਰੇ, ਤੇ ਉਦਾਂ ਮੈਂ ਪਹਿਲੇ ਵੀ ਮੋਲਟਿੰਗ ਬਾਰੇ ਵੀਡੀਓਆਂ ਚਾੜੀਆਂ। ਕੁਰੇਜ਼ ਇਹਨੂੰ ਕਿਹਾ ਜਾਂਦਾ ਆ ਆਪਣੀ ਇੰਡੀਅਨ ਲੈਂਗੁਏਜ ਪੰਜਾਬੀ ਵਿੱਚ, ਜਿੱਦਾਂ ਆਪਣੀ ਬੋਲੀ ਵਿੱਚ ਇਹਨੂੰ ਕੁਰੇਜ਼ ਕਿਹਾ ਜਾਂਦਾ ਆ। ਦੇਖੋ ਕੁਰੇਜ਼ ਦਾ ਇਹ ਹੁੰਦਾ ਆ, ਦੇਖੋ ਕੋਈ ਕੁਰੇਜ਼ ਦਾ ਮਤਲਬ ਇਹ ਹੁੰਦਾ ਆ ਜਦੋਂ ਜਾਨਵਰ ਖੰਭ ਝਾੜ ਕੇ ਨਵੇਂ ਖੰਭ ਲਿਆਉਂਦਾ, ਜਦੋਂ ਜਾਨਵਰ ਨਵੇਂ ਖੰਭ ਲਿਆਉਂਦਾ ਉਸਨੂੰ ਉਹਦਾ ਖੂਨ ਯੂਜ਼ ਹੁੰਦਾ, ਜਿਹੜੇ ਪਰ ਹੁੰਦੇ ਆ ਪਰ ਦੇ ਲਈ ਕੈਲਸ਼ੀਅਮ ਵਗੈਰਾ ਚਾਹੀਦਾ ਹੁੰਦਾ ਆ, ਠੀਕ ਆ, ਤੇ ਬਈ ਕਰਕੇ ਹੱਡੀਆਂ ਦਾ ਚੂਰਾ ਹੀ ਸਮਝ ਲਓ ਇੱਕ ਤਰੀਕੇ ਦਾ ਉਹ ਹੁੰਦਾ, ਔਰ ਉਹਨਾਂ ਨੂੰ ਸਟਰੋਂਗ ਰੱਖਣ ਦੇ ਲਈ, ਪਲਾਂ ਨੂੰ ਸ਼ਾਈਨੀ ਚ ਰੱਖਣ ਦੇ ਲਈ। ਦੇਖੋ ਕਈ ਲੋਕੀ ਪਾਣੀ ਦੇ ਵਿੱਚ ਐਪਲ ਸਾਈਡਰ ਵਿਨੀਗਰ ਮਿਲਾ ਕੇ ਵੀ ਦਿੰਦੇ ਨੇ, ਕਈ ਮੈਂ ਜੋ ਕਰਦਾ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਆ, ਇਹ ਮੈਂ ਉਹਨਾਂ ਨੂੰ ਰੋਜ਼ ਮਲਟੀਵਿਟਾਮਿਨ ਦੀ, ਸਪੈਸ਼ਲੀ ਤੌਰ ਤੇ ਜਦੋਂ ਮੋਲਟਿੰਗ ਸਟਾਰਟ ਕਰ ਦੇਵੇ, ਜਦੋਂ ਕੁਰੇਜ ਸਟਾਰਟ ਕਰ ਦੇਵੇ, ਉਦੋਂ ਉਹਨਾਂ ਨੂੰ ਮੈਂ ਜਿੱਦਾਂ ਇਹ ਆਪਣਾ ਮਲਟੀਵਿਟਾਮਿਨ ਦੀ ਗੋਲੀ ਰੋਜ਼ ਦਿੰਦਾ ਹੁੰਦਾ, ਮਲਟੀਵਿਟਾਮਿਨ ਦੀ ਗੋਲੀ, ਤਾਂ ਕਿ ਸਭ ਕੁਝ ਉਹਨਾਂ ਨੂੰ ਮਦਦ ਹੋ ਸਕੇ। ਫਿਰ ਉਹਨਾਂ ਨੂੰ ਮੈਂ ਆਟਾ ਵਿੱਚ ਜਿੱਦਾਂ ਦੇਸੀ ਘੇ ਮਿਲਾ ਕੇ ਦਿੰਦਾ, ਕਰਕੇ ਓਇਲ ਬਹੁਤ ਜ਼ਿਆਦਾ ਇਹਨਾਂ ਦੇ ਲਈ ਲੋੜ ਹੁੰਦੀ ਹੈ ਓਇਲ ਦੀ, ਤੇਲ ਬਹੁਤ ਜ਼ਿਆਦਾ ਚਾਹੀਦਾ, ਘੇ ਚਿਕਨਾਵਾ ਬੜਾ ਚਾਹੀਦਾ, ਚਿਕਨਾਵਾ ਕਿਸੇ ਵੀ ਤਰੀਕੇ ਦਾ ਹੋਵੇ ਭਾਵਾਂ ਕੋਈ ਵੀ ਹੋਵੇ, ਚਿਕਨਾਵਾ ਬਹੁਤ ਜ਼ਰੂਰੀ ਚੀਜ਼ ਹੈ ਇਹਨਾਂ ਦੇ ਲਈ, ਕਿਉਂ ਕਰਕੇ ਪਾਰਾਂ ਵਿੱਚ ਜਿਹੜੀ ਚਮਕ ਆਉਂਦੀ ਹੈ, ਜਿਹੜੀ ਤਰਾਵਟ ਆਉਂਦੀ ਹੈ, ਉਹ ਇਸੀ ਕਰਕੇ ਹੁੰਦੀ ਹੈ ਜਾਨਵਰ ਨੂੰ, ਭਾਵੇਂ ਮੁਰਗਾ ਹੋਏ, ਕਬੂਤਰ ਹੋਏ, ਤੋਤਾ ਹੋਏ, ਕੋਈ ਵੀ ਚੀਜ਼ ਹੋਏ, ਉਹਨਾਂ ਨੂੰ ਇਹ ਚੀਜ਼ਾਂ ਦੀ ਲੋੜ ਹੁੰਦੀ ਹੈ। ਜਿੱਦਾਂ ਹੰਪ ਸੀਡ ਇੱਥੇ ਲੋਕੀ ਪਾਉਂਦੇ ਨੇ ਮੋਲਟਿੰਗ ਸੀਜ਼ਨ ਦੇ ਵਿੱਚ, ਉਹ ਹੰਪ ਸੀਡਾਂ ਦਾ ਇਹੀ ਮਕਸਦ ਹੁੰਦਾ, ਉਹ ਭੰਗ ਦੇ ਬੀਜ ਹੁੰਦੇ ਨੇ, ਉਹ ਇਹੀ ਮਕਸਦ ਹੁੰਦਾ ਕਿ ਵੀ ਚਲੋ ਇਹਨਾਂ ਦੇ ਪਰਾਂ ਦੇ ਵਿੱਚ ਤੁਸੀਂ ਅਗਰ ਜਾ ਕੇ ਪਾਓ ਨਾ ਉੱਪਰ ਬੈਨੀਫਿਟ ਆਫ ਹੰਪ ਸੀਡ, ਤੇ ਤੁਹਾਨੂੰ ਪਤਾ ਲੱਗੇਗਾ ਕਿ ਵੀ ਉਹ ਕਾਹਦੇ ਲਈ ਇਹ ਯੂਜ਼ ਹੁੰਦੇ ਨੇ, ਠੀਕ ਹੈ, ਬਰਡਸ ਦੇ ਲਈ। ਤੇ ਤੁਸੀਂ ਦੇਖੋ ਕੋਸ਼ਿਸ਼ ਕਰਿਆ ਕਰੋ, ਇੱਕ ਤਾਂ ਜਾਨਵਰ ਨੂੰ ਸਾਫ਼ ਰੱਖੋ, ਉਹਨੂੰ ਪਕੜੋ ਨਾ, ਜਾਨਵਰ ਨੂੰ ਬਾਰ ਬਾਰ ਪਕੜੋ ਨਾ, ਉਹਨੂੰ ਮਿੱਟੀ ਜਿੱਦਾਂ ਰੇਤਲੀ ਮਿੱਟੀ ਜੀ ਹੋਵੇ ਨਾ ਉਹ ਰੱਖੋ, ਚੰਗੀ ਹੁੰਦੀ ਹੈ, ਕਰਕੇ ਇਹ ਇੱਕ ਤੇ ਜਦੋਂ ਬਿੱਠ ਕਰਦੇ ਨੇ ਉਹ ਬਿੱਠ ਸੁੱਕ ਜਾਂਦੀ ਹੈ, ਉਹ ਰੇਤ ਜਿਹੜੀ ਚੂਸ ਲੈਂਦੀ ਹੈ ਉਸ ਬਿੱਠ ਦਾ ਪਾਣੀ, ਤੇ ਬਿੱਠ ਸੁੱਕੀ ਹੋ ਜਾਂਦੀ ਹੈ ਤੇ ਉਹਨਾਂ ਨੂੰ ਚਮਕਦੀ ਨਹੀਂ ਹੈ ਪੈਰਾਂ ਨੂੰ। ਤੇ ਦੂਜੀ ਗੱਲ ਇਹ ਹੈ, ਇਹ ਇਹਨਾਂ ਨੂੰ ਮਲਟੀਵਿਟਾਮਿਨ ਦੀ ਗੋਲੀ ਐਵਰੀ ਡੇ ਮਲਟੀਵਿਟਾਮਿਨ ਦੀ ਗੋਲੀ ਦੋ। ਇਹ ਦੂਆ ਤੁਸੀਂ ਕੋਡ ਲੀਵਰ ਓਇਲ ਦੀ ਗੋਲੀ ਜਿਹੜੀ ਹੁੰਦੀ ਹੈ, ਇਹ ਮੱਛੀ ਦੇ ਤੇਲ ਦਾ ਕੈਪਸੂਲ, ਇਹ ਦੋ ਬੜੀ ਅੱਛੀ ਚੀਜ਼ ਆ, ਇਹਦੇ ਵਿੱਚ ਤੇਲ ਹੁੰਦਾ, ਇਹ ਵੀ ਚੰਗੀ ਚੀਜ਼ ਆ। ਤੇ ਏਦਾਂ ਦੀ ਚੀਜ਼ਾਂ ਦੀ ਤੁਸੀਂ ਡਾਇਟ ਰੱਖੋ, ਹਰੀ ਸਬਜ਼ੀਆਂ ਦਵੋ, ਹੋਰ ਵੀ ਚੀਜ਼ਾਂ ਦਿਓ, ਪਰ ਗੋਲੀ ਇੱਕ ਮਲਟੀਵਿਟਾਮਿਨ ਦੀ ਜ਼ਰੂਰ ਦਿਓ, ਇਹ ਕਰਕੇ ਬਹੁਤ ਚੰਗੀ ਚੀਜ਼ ਆ। ਨਾਲ ਕੋਸ਼ਿਸ਼ ਕਰੋ ਕਿ ਵੀ ਇਹ ਨਾਲ ਤੁਸੀਂ ਨਾ ਕੋਡ ਲੀਵਰ ਓਇਲ ਇੱਕ ਤੁਸੀਂ ਪਾਤਾ, ਜਾਂ ਫਿਰ ਈਜ਼ੀ ਵੇ ਏਦਾਂ ਹੁੰਦਾ ਜਿਹੜੇ ਬੰਦੇ ਨਹੀਂ ਅਫੋਰਡ ਕਰ ਸਕਦੇ ਕੋਡ ਲੀਵਰ ਓਇਲ, ਫਿਸ਼ ਮਾਰਕੀਟ ਜਾਵੇ, ਫਿਸ਼ ਮਾਰਕੀਟ ਤੋਂ ਫਿਸ਼ ਮੱਛੀ ਦੀ ਜਿਹੜੀ ਚਰਬੀ ਹੁੰਦੀ ਹੈ ਉਹ ਚਰਬੀ ਘਰ ਲਿਆ ਕੇ ਉਹਨੂੰ ਤਵੇ ਦੇ ਉੱਤੇ ਪਾ ਕੇ ਸਾੜ ਲਵੇ, ਆਪਾਂ ਤੇ ਇਹੀ ਕਰਦੇ ਸੀਗੇ ਪਹਿਲੇ, ਤੇ ਉਹ ਚਰਬੀ ਨੂੰ ਸਾੜ ਕੇ ਉਹਦੇ ਚੋਂ ਘੇ ਕੱਢ ਕੇ ਇੱਕ ਡੱਬੇ ਚ ਪਾ ਲਵੇ, ਮੁੜ ਕੇ ਬਾਜਰਾ ਲੈ ਕੇ ਜਾਂ ਦਾਣਾ ਲੈ, ਕਣਕ ਲੈ, ਕਣਕ ਚੰਗੀ ਚੀਜ਼ ਆ, ਕਣਕ ਲੈ ਕੇ ਉਹਨੂੰ ਧੋ ਕੇ, ਉਹਨੂੰ ਧੋ ਕੇ ਬਾਅਦ ਸੁਕਾ ਕੇ ਫਿਰ ਉਹਨੂੰ ਹਲਕਾ ਜਿਹਾ ਜਿਹੜਾ ਨਾ ਇਹ ਮੱਛੀ ਦਾ ਤੇਲ ਲਾ ਕੇ ਉਹਨੂੰ, ਤੇ ਉਹ ਦਾਣਾ ਫੀਡ ਕਰੇ, ਰੋਜ਼ ਕਰੇ, 12 ਮਹੀਨੇ ਕਰੇ, ਨੋ ਪ੍ਰੋਬਲਮ, ਵਧੀਆ ਚੀਜ਼ ਆ। ਤੇ ਏਦਾਂ ਕਰਿਆ ਕਰੋ,
ਤੇ ਇਹ ਜਿਹੜੀ ਹੈ ਨਾ ਮੋਲਟਿੰਗ ਦੇ ਲਈ ਤੁਹਾਡੇ ਬਹੁਤ ਫਾਇਦੇਮੰਦ ਗੱਲਾਂ ਨੇ ਜਿਹੜੀਆਂ ਤੁਹਾਨੂੰ ਕਰਨੀਆਂ ਚਾਹੀਦੀਆਂ ਨੇ। ਅਗਰ ਫਿਰ ਵੀ ਤੁਸੀਂ ਅਗਰ ਪੜ੍ਹਨਾ ਚਾਹੋ ਇਹਦੇ ਬਾਰੇ ਤੁਸੀਂ madrasasil.com ਤੇ ਜਾਓ, ਉੱਥੇ ਸੈਕਸ਼ਨ ਹੈਗਾ ਆ ਵੈਕਟੀਨੇਟ ਯੋਰ ਚਿਕਨਸ। ਜਦੋਂ ਤੁਸੀਂ ਉਹਦੇ ਤੇ ਜਾਓਗੇ ਫਿਰ ਨਾਲ ਹੀ ਆਜੂਗਾ ਇੱਕ ਤੇ ਸਾਰੀਆਂ ਵੈਕਸੀਨਾਂ ਉੱਥੇ ਲਿਖੀਆਂ ਹੋਈਆਂ, ਫੋਟੋਆਂ ਲਿਖੀਆਂ ਹੋਈਆਂ, ਜਿਹੜੇ ਬੰਦੇ ਨੂੰ ਟਰਾਂਸਲੇਟ ਕਰਨੀ ਹੈ ਟਰਾਂਸਲੇਟ ਵੀ ਕਰ ਸਕਦਾ ਉੱਥੇ, ਲੈਂਗੁਏਜ ਉਰਦੂ ਚ ਟਰਾਂਸਲੇਟ ਕਰੋ ਜਿਹਦੇ ਚ ਮਰਜ਼ੀ ਕਰੋ। ਤੇ ਜੇ ਤੁਸੀਂ ਉੱਦਾਂ ਦੇਖਣਾ ਚਾਹੋ ਵੀ ਤੁਹਾਨੂੰ ਨਹੀਂ ਪੜ੍ਹਨਾ ਵੀ ਨਹੀਂ ਆਉਂਦਾ ਕੁਛ ਵੀ ਨਹੀਂ ਆਉਂਦਾ, ਉਹ ਵੀ ਈਜ਼ੀ ਉੱਥੇ ਕੀਤਾ ਹੋਇਆ ਕਿ ਵੀ ਡਿਜ਼ੀਜ਼ ਦਾ ਨਾਂ, ਉਸ ਡਿਜ਼ੀਜ਼ ਨੂੰ ਪਹਿਲੇ ਰਿਟਰਨ ਚ ਲਿਖਿਆ ਹੋਇਆ ਵੀ ਉਹ ਕਿੱਦਾਂ ਟ੍ਰੀਟ ਹੋਣਾ, ਕੀ ਦਵਾਈ ਹੋਣੀ, ਫਿਰ ਉਸਦੇ ਬਾਅਦ ਉਸ ਦਵਾਈ ਦੀ ਫੋਟੋ ਵੀ ਹੈ, ਫਿਰ ਉਸਦੇ ਬਾਅਦ ਉਹ ਡਿਜ਼ੀਜ਼ ਕਿੱਦਾਂ ਦਾ ਲੱਗਦਾ ਹੈ, ਦੇਖਣ ਚ ਤੁਹਾਡਾ ਜਾਨਵਰ ਕਿੱਦਾਂ ਦਾ ਹੋ ਜਾਂਦਾ ਉਹ ਫੋਟੋ ਵੀ ਹੈਗੀ, ਫਿਰ ਉਸਦੇ ਬਾਅਦ ਉਹਦਾ ਟ੍ਰੀਟਮੈਂਟ ਵੀ ਫੋਟੋ ਦੇ ਵਿੱਚ ਦਿੱਤਾ ਹੋਇਆ, ਤੁਸੀਂ ਉਹ ਵੀ ਕਰ ਸਕਦੇ ਹੋ। ਸੋਖਾ ਵੇ ਹੈ ਮਦਰਾਸ ਅਸੀਲ ਤੇ ਜਾਓ, ਉੱਥੋਂ ਜਾ ਕੇ ਵੈਕਟੀਨੇਟ ਯੋਰ ਚਿਕਨ ਚਿਕਨਸ ਦਾ ਸੈਕਸ਼ਨ ਚ ਜਾ ਕੇ ਤੁਸੀਂ ਸਰਚ ਕਰੋ। ਤੇ ਨਾਲੇ ਜੇ ਮੋਲਟਿੰਗ ਦੇ ਬਾਰੇ ਆ ਤੇ ਉੱਥੇ ਮੋਲਟਿੰਗ ਦੇ ਬਾਰੇ ਵੀ ਹੈਗੀ ਹੈ ਇਹ ਸਲਾਹਾਂ ਲੋਕਾਂ ਦੀਆਂ ਕਿ ਵੀ ਕਈ ਲੋਕਾਂ ਦੀਆਂ ਕੀ ਥਿੰਕਿੰਗ ਆ ਇਹ ਮੋਲਟਿੰਗ ਦੇ ਬਾਰੇ, ਹੋਰ ਲੋਕਾਂ ਦੀ ਵੀ ਕੀ ਥਿੰਕਿੰਗ ਆ, ਗੋਰਿਆਂ ਦੀ ਕੀ ਥਿੰਕਿੰਗ ਆ ਮੋਲਟਿੰਗ ਦੇ ਬਾਰੇ, ਜਿਹੜੇ ਵੱਡੇ ਵੱਡੇ ਪੋਲਟਰੀ ਫਾਰਮ ਉਹਨਾਂ ਦੀ ਕੀ ਥਿੰਕਿੰਗ ਆ ਮੋਲਟਿੰਗ ਦੇ ਬਾਰੇ, ਉੱਥੇ ਸੈਕਸ਼ਨ ਹੈਗਾ ਵੈਕਟੀਨੇਟ ਯੋਰ ਬਰਡ। ਉੱਥੇ ਜਦੋਂ ਤੁਸੀਂ ਜਾਓਗੇ ਆਟੋਮੈਟਿਕਲੀ ਅੱਗੇ ਉਹਦੇ ਆ ਜਾਏਗਾ ਕਿ ਵੀ ਇਹ ਚਿਕਨ ਐਂਡ ਹੈਂਡ ਮੋਲਟ, ਤੇ ਤੁਹਾਨੂੰ ਪਤਾ ਲੱਗ ਜਾਏਗਾ। ਠੀਕ ਹੈ, ਬਾਕੀ ਗੱਲ ਇੱਕ ਗੱਲ ਹੋਰ ਸੀਗੀ, ਉਹ ਧਾਬੀ ਨੂੰ ਕਹਿਣਾ ਸੀ ਮੈਸੇਜ, ਉਹ ਧਾਬੀ ਨੂੰ ਇਹ ਮੈਸੇਜ ਦੇਣਾ ਸੀ, ਦੇਖੋ ਇਹ ਧਾਬੀ ਨੂੰ ਕਿ ਸਾਰੀ ਸਾਡੀ ਜਿੰਨੀ ਵੀ ਯੰਗ ਯੂਥ ਆ, ਯੰਗ ਜਨਰੇਸ਼ਨ ਆ, ਚਾਹੇ ਇੰਡੀਆ ਦੀ ਹੋਵੇ, ਪਾਕਿਸਤਾਨ ਦੀ ਹੋਵੇ, ਕਿਸੇ ਵੀ ਕੋਨੇ ਚ ਰਹਿੰਦੀ ਹੋਵੇ, ਜਾਦੂ ਟੋਨਿਆਂ ਤੇ ਯਕੀਨ ਨਹੀਂ ਕਰਨਾ ਚਾਹੀਦਾ। ਜੇ ਜਾਦੂ ਟੋਨੇ ਹੁੰਦੇ ਤੇ ਮੈਂ ਇੰਗਲੈਂਡ ਦੀ ਰਾਣੀ ਦੇ ਨਾਲ ਵਿਆਹ ਕਰ ਲੈਣਾ ਸੀਗਾ, ਵੀ ਦੇ ਦਿੰਦੇ ਕਿੰਨੇ ਲੱਖ, 2 ਲੱਖ, 3 ਲੱਖ, 10 ਲੱਖ ਦੇ ਦਿੰਦੇ, 25 ਲੱਖ ਰੁਪਏ ਦੇ ਕੇ ਇੱਥੇ ਇੰਗਲੈਂਡ ਆਏ ਨੇ, 25 ਲੱਖ ਰੁਪਏ ਉੱਥੇ ਜਾਦੂ ਟੋਨੇ ਵਾਲੇ ਨੂੰ ਦਿੰਦਾ, ਮੈਂ ਰਾਣੀ ਦੇ ਨਾਲ ਵਿਆਹ ਕਰਦਾ, ਜਾਂ ਜਦੋਂ ਡਾਇਨਾ ਜਿੰਦਾ ਸੀ, ਪ੍ਰਿੰਸੈਸ ਡਾਇਨਾ ਸ਼ਹਿਜ਼ਾਦੀ ਜਿੱਦਾਂ ਦੀ ਜਿੰਦਾ ਸੀ ਉਹਦੇ ਨਾਲ ਵਿਆਹ ਕਰਦਾ। ਉਹ ਇਹ ਜਾਦੂ ਟੋਨੇ ਫਜ਼ੂਲ ਨੇ, ਜੇ ਜਾਦੂ ਟੋਨਿਆਂ ਦੇ ਨਾਲ ਤੁਹਾਡੇ ਮੁੜਕੇ ਠੀਕ ਹੁੰਦੇ ਹੁੰਦੇ ਨਾ। ਇਹ ਕਹਿੰਦਾ ਉਹਨੇ ਵੀਡੀਓ ਚਾੜੀਏ, ਇਹਦਾ ਖੰਭ ਕੱਟੋ, ਇਹ ਠੀਕ ਹੋ ਗਿਆ, ਇਹਦੇ ਨਾਲ ਬਿਮਾਰੀ ਨਹੀਂ ਆਉਂਦੀ। ਉਹ ਭਾਈ ਨਾਲੇ ਫਿਰ ਉਹਨੂੰ ਮੈਂ ਬੋਲਿਆ, ਮੈਂ ਇਹ ਗੱਲ ਨਹੀਂ, ਉਹ ਕਹਿੰਦਾ ਜੀ ਉਹਦੇ ਘਰ ਚ ਬਿਮਾਰੀ ਨਹੀਂ ਆਈ। ਮੈਂ 500 ਬੰਦਾ ਜਾਣਦਾ ਜਿਨ੍ਹਾਂ ਦੇ ਘਰ ਚ ਅੱਜ ਤੱਕ ਬਿਮਾਰੀ ਨਹੀਂ ਆਈ, 30-40 ਸਾਲਾਂ ਤੋਂ, ਉਹ ਤੇ ਕੋਈ ਜਾਦੂ ਟੋਨਾ ਨਹੀਂ ਕਰਦੇ। ਤੇ ਇਹ ਜਾਦੂ ਟੋਨਾ ਤੇ ਮੇਰੇ ਜੇ ਅਨਪੜ ਕਰੇ ਨਾ ਯਕੀਨ, ਤੇ ਮੈਂ ਮੰਨ ਸਕਦਾ, ਉਹ ਤੁਹਾਡੇ ਜੇ ਪੜ੍ਹੇ ਲਿਖੇ ਅਗਰ ਇਹ ਜਾਦੂ ਟੋਨਾ ਤੇ ਯਕੀਨ ਕਰਨ, ਯਾਰ ਫਿਰ ਪੜ੍ਹਾਈ ਦਾ ਫਾਇਦਾ ਨਹੀਂ, ਘਰ ਬੈਠੋ, ਫਿਰ ਤੁਸੀਂ ਪੜ੍ਹਾਈ ਨਹੀਂ ਕਰਦੇ ਪਏ, ਤੁਸੀਂ ਟਾਈਮ ਵੇਸਟ ਕਰ ਰਹੇ, ਮਾਂ ਪੇ ਦਾ ਪੈਸਾ ਬਰਬਾਦ ਕਰਦੇ ਪਏ, ਤੁਸੀਂ ਮਾਂ ਪੇ ਦੇ ਉਹ ਪੈਸਾ ਨਾ ਬਰਬਾਦ ਕਰੋ, ਘਰ ਬੈਠੋ ਉਸ ਪੜ੍ਹਾਈ ਨਾਲ। ਉਹ ਤੇ ਅਨਪੜ੍ਹ ਚੰਗੇ, ਮੇਰੇ ਜੀ ਅਨਪੜ੍ਹ ਚੰਗੇ, 7 ਕਲਾਸਾਂ ਪੜ੍ਹੇ, ਘੱਟੋ ਘੱਟ ਤੁਹਾਨੂੰ ਜਾਦੂ ਟੋਨਿਆਂ ਤੇ ਯਕੀਨ ਤੇ ਨਹੀਂ ਨਾ ਕਰਦੇ। ਠੀਕ ਹੈ, ਉਹ ਕਹਿੰਦਾ ਜੀ ਹਿੰਦੁਸਤਾਨ ਵੀ ਯਕੀਨ ਕਰਦਾ, ਉਹ ਸਾਰੇ ਕਰਦੇ ਨੇ, ਅੱਜ ਤਾਈਓ ਤੇ ਆਪਾਂ ਪਿੱਛੇ ਹਾਂ, ਦੁਨੀਆਂ ਕਿੰਨੀ ਅੱਗੇ ਪਹੁੰਚ ਗਈ, ਗੋਰੇ ਮਾਂ 100 ਸਾਲ ਸਾਡੇ ਤੋਂ ਅੱਗੇ ਨੇ, ਉਹ ਤੇ ਨਹੀਂ ਕਰਦੇ ਯਕੀਨ ਇਹ ਵੀ ਉਹ ਬਿੱਲੀ ਰਸਤਾ ਕੱਟ ਗਈ, ਉਹ ਫਲਾਣਾ ਹੋ ਗਿਆ, ਉਹ ਫਲਾਣਾ ਹੋ ਗਿਆ। ਉਹ ਇਹ ਯਕੀਨ ਨਾ ਕਰੋ ਇਹਨਾਂ ਗੱਲਾਂ ਤੇ, ਫਜ਼ੂਲ ਦੀ ਗੱਲ ਆ। ਜੇ ਜਾਦੂ ਟੋਣਿਆ ਨਾ ਮੁਰਗੇ ਠੀਕ ਹੁੰਦੇ ਹੁੰਦੇ, ਮੇਰੇ ਕਹਿੰਦਾ ਅੱਧੀ ਤਾਂ ਤੋਂ ਜ਼ਿਆਦਾ ਦੁਨੀਆਂ ਚਾਹੁੰਦੀ ਹੋਏਗੀ ਕਿ ਵੀ ਮੇਰੀ ਪ੍ਰਿੰਸੈਸ ਦੇ ਨਾਲ ਜਾਂ ਸ਼ਹਿਜ਼ਾਦੀ ਇੰਗਲੈਂਡ ਦੀ ਸ਼ਹਿਜ਼ਾਦੀ ਦੇ ਨਾਲ ਜਾਂ ਕੁੜੀਆਂ ਸੋਚਦੀਆਂ ਇੰਗਲੈਂਡ ਦੇ ਸ਼ਹਿਜ਼ਾਦੇ ਨਾਲ ਵਿਆਹ ਹੋ ਜਾਏ। ਜਾਦੂ ਟੋਣੇ ਹੁੰਦੇ ਤੇ ਸਾਰੀ ਦੁਨੀਆਂ ਜਾਦੂ ਟੋਣੇ ਕਰਕੇ ਉਹਨਾਂ ਨੂੰ ਵਾਸੇ ਚ ਕਰ ਲੈਂਦੀ। ਤੇ ਜਾਦੂ ਟੋਣਿਆਂ ਤੇ ਯਕੀਨ ਨਾ ਕਰੋ, ਜੇ ਯਕੀਨ ਕਰਨਾ ਤੇ ਪੜ੍ਹਾਈ ਨਾ ਕਰੋ, ਪੜ੍ਹਾਈ ਛੱਡ ਦਿਓ। ਤੇ ਬਾਕੀ ਤੁਹਾਨੂੰ ਇਹ 2 ਗੱਲਾਂ ਮੈਂ ਦੱਸਤੀਆਂ ਨੇ, ਜਿਹੜਾ ਜਿਹੜਾ ਮੇਰਾ ਭਾਈ ਮੇਰੇ ਨਾਲ ਸਹਿਮਤ ਹੋਏਗਾ ਉਹ ਲਾਈਕ ਕਰ ਦੇਵੇ, ਜਿਹੜਾ ਜਿਹੜਾ ਮੇਰਾ ਭਾਈ ਗੁੱਸੇ ਹੋਏਗਾ ਉਹ ਡਿਸਲਾਈਕ ਕਰ ਦੇਵੇ, ਤੇ ਜਿਹੜੇ ਜਿਹੜੇ ਬੰਦੇ ਉਦਾਂ ਮਜ਼ਾ ਲੈਣਗੇ, ਹੱਸਣਗੇ ਤੇ ਉਹ ਹੱਸ ਲੈਣ। ਠੀਕ ਹੈ ਭਾਈ ਜੀ, ਪਰ ਮਜ਼ੇ ਜ਼ਰੂਰ ਲਿਓ ਇਸ ਵੀਡੀਓ ਤੇ। ਓਕੇ।